ਸਰਪੰਚ ਸਾਹਿਬ, ਤੁਸੀਂ ਪਿੰਡ ਦੇ ਸਰਪੰਚ ਹੋ, ਪਿੰਡ ਦੇ ਵਿੱਚ ਛੱਪੜ ਦੇ ਪਾਣੀ ਦਾ ਨਿਕਾਸੀ ਬਿਲਕੁਲ ਨਹੀਂ ਹੈ ਅਤੇ ਲੋਕ ਪਰੇਸ਼ਾਨ ਹੋ ਰਹੇ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹੀ ਕਹਿਣਾ ਚਾਹੁੰਦਾ ਵੀ ਪਿੰਡ ਦੇ ਵਿੱਚ ਨਾ ਤਾਂ ਪੰਚਾਇਤੀ ਜ਼ਮੀਨ ਆ ਜੀ, ਠੀਕ ਹੈ ਜੀ। ਪਿੰਡ ਦਾ ਜਦੋਂ ਨਿਕਾਸ ਪਾਣੀ ਵਾਸਤੇ ਕੱਢਦੇ ਹਾਂ, ਇੱਥੇ ਜ਼ਮੀਨਾਂ ਜੇ ਉਹਨਾਂ ਦੀਆਂ ਜਿਹੜੇ ਜ਼ਿਮੀਂਦਾਰ ਹੈਗੇ ਆ ਪਿੰਡ ਦੇ, ਹੁਣ ਨਿਕਾਸੀ ਕਰਨੀ ਉਹਨਾਂ ਨਾ, ਸਾਨੂੰ ਇਨਕਮ ਦਾ ਕੋਈ ਸੋਰਸਸ ਹੈਗਾ ਪਿੰਡ ਦਾ, ਆਮਦਨ ਦਾ ਕੋਈ ਵੀ ਇੱਥੇ ਸਾਧਨ ਨਹੀਂ ਗਾ, ਨਾ ਹੀ ਕੋਈ ਸਾਨੂੰ ਇਹ ਪ੍ਰਬੰਧ ਜਿਹੜਾ ਪ੍ਰਸ਼ਾਸਨ ਕੋਈ ਵੀ ਸਾਨੂੰ ਸੁਵਿਧਾ ਦੇ ਰਿਹਾ, ਟਰੈਕਟਰ ਵਗੈਰਾ ਜਿਹਦੇ ਨਾਲ ਅਸੀਂ ਪਾਣੀ ਦੀ ਨਿਕਾਸੀ ਕਰ ਸਕੀਏ। ਪਾਣੀ ਨਿਕਾਸੀ ਹੋਊਗੀ ਕਿਸੇ ਸਾਧਨ ਨਾਲ ਜਾਂ ਪਿੰਡ ਦੀ ਕੋਈ ਇਨਕਮ ਹੋਊਗੀ, ਨਾ ਜੇ ਇਨਕਮ ਜੇ ਅਸੀਂ ਸਾਧਨ ਲਗਾ ਵੀ ਦਿੰਦੇ ਹਾਂ ਆਪਦੇ ਕੋਈ ਵੀ ਆਪਦੇ ਪੱਲੋਂ ਖਰਚਾ ਕਰੇ, ਪਰ ਅੱਗੇ ਕੋਈ ਜਗ੍ਹਾ ਹੈ ਨਹੀਂ, ਕੋਈ ਜ਼ਮੀਨ ਹੈ ਨਹੀਂ ਜਿੱਥੇ ਅਸੀਂ ਪਾਣੀ ਕੱਢੀਏ, ਕਿਉਂ ਨਰਮਿਆਂ ਦੇ ਵਿੱਚ ਲੋੜ ਪੈਣ 'ਤੇ ਹੀ ਕੱਢਿਆ ਜਾਏਗਾ। ਅਸੀਂ ਤਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਜੇ ਕੋਈ ਇੱਥੇ ਸਾਡੀ ਜ਼ਮੀਨ ਹੈ ਜਾਂ ਕੋਈ ਪੰਚਾਇਤੀ ਦਾ ਕੋਈ ਹੈ ਹੱਲ ਜਿੱਥੇ ਅਸੀਂ ਪਾਈਪਾਂ ਪਾ ਕੇ ਉੱਥੇ ਕੱਢ ਸਕੀਏ, ਇਹਦੇ ਵਾਸਤੇ ਕੋਈ ਫੰਡ ਵੀ ਆਏ ਫਿਰ ਹੀ ਨਿਕਲੂਗਾ। ਤੁਸੀਂ ਇਸ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਵੀਡੀਓ ਨੂੰ ਕੋਈ ਜਾਣੂ ਕਰਵਾਇਆ ਇਸ ਬਾਰੇ? ਵੀਡੀਓ ਨੂੰ ਹਰ ਸਾਲ ਹੀ ਜੀ ਜਾਣੂ ਕਰਵਾਉਂਦੇ ਹਾਂ, ਪਿਛਲੇ ਤੋਂ ਪਿਛਲੇ 3 ਸਾਲ ਪਹਿਲਾਂ ਅਸੀਂ ਪਾਣੀ ਕਢਵਾਇਆ ਸੀ ਵੀਡੀਓ ਰਾਹੀਂ, ਉਸ ਤੋਂ ਬਾਅਦ ਪ੍ਰਸ਼ਾਸਨ ਨੇ ਕੋਈ ਗੌਰ ਨਹੀਂ, ਹਾਂ ਆਉਂਦੇ ਆ ਪ੍ਰਸ਼ਾਸਨ ਆਉਂਦਾ ਜੀ ਦੇਖ ਕੇ ਚੱਲ ਜਾਂਦਾ, ਇਸ ਬਾਰੇ ਕੋਈ ਵੀ ਗੌਰ ਨਹੀਂ ਕੀਤਾ ਗਿਆ। ਇਹ ਪਾਣੀ ਕਿੱਥੋਂ ਆ ਰਿਹਾ ਜੀ? ਸਾਰੇ ਪਿੰਡ ਦਾ ਜੀ, ਮੀਂਹ ਦਾ ਪਾਣੀ, ਛੱਪੜ ਦਾ ਪਾਣੀ। ਨਹੀਂ ਇਹ ਛੱਪੜ ਦਾ ਪਾਣੀ ਕੀ ਤੁਹਾਡੇ ਬਾਹਰ ਨਿਕਾਸੀ ਨਹੀਂ ਕਰਾਉਂਦੇ ਪੰਚਾਇਤ? ਕੋਈ ਨਹੀਂ ਮਰਜ਼ੀ ਤਾਂ ਕੋਈ ਚੁੱਕ ਲੈਂਦਾ, ਨਹੀਂ ਤਾਂ ਬਸ ਇਸ ਵਾਰੀ ਤਾਂ ਕਿਸੇ ਨੇ 3 ਮਹੀਨੇ ਹੋ ਗਏ ਪਾਣੀ, ਜਿੱਦਾਂ ਦਾ ਸ਼ਹੀਦੀ ਗੁਰਪੁਰਬ ਉੱਦਾਂ ਦਾ ਜੀ ਪਾਣੀ।